मॉर्निंग, वेरी वेरी गुड जी। लो जी, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਿੰਘੂ ਬੂਟਰ ਤੇ, ਜਿੱਥੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਆ। ਸਾਰੀ ਪੈਸੇ ਦੀ ਕਮੀ ਹੈ। ਅੱਜ ਵੀ ਮਾਰਨਿੰਗ ਚਾਹ ਬਿਸਕੁਟਾਂ ਦੇ ਨਾਲ, ਗੁੱਡ ਈਵਨਿੰਗ ਕੋਕੋਨਟ ਬਿਸਕੁਟ। ਗੁੱਡ ਈਵਨਿੰਗ ਨਹੀਂ, ਗੁੱਡ ਮਾਰਨਿੰਗ ਚਾਹ ਆਇਆ ਹੈ। ਗੁੱਡ ਮਾਰਨਿੰਗ बेबी बड़े हुए पेने, एक बेबी दो बेबी एक अजे होर तेन दिखाई तकड़ी चीज फ्लैटा च रखना है नी। बाबे दी मेहर नाल चलाई भला है नी, दो दिन हो गए पर चमक उतनी हो है। ऐदा लगता जिवें कल परसों एजेंसी चो कढ़ाई होंदी है, देख ला। ਉਹੀ ਗੱਲ ਆ ਜਿਵੇਂ ਏਜੰਸੀ ਚੋਂ ਕਢਾਈ ਹੁੰਦੀ ਆ। ਭਲਾ ਗੱਡੀ ਲਿੱਤੀ ਨੂੰ 3 ਸਾਲ ਹੋ ਗਏ ਨੇ, ਰੇਂਜ ਵੀ ਗੱਡੀ ਲਿੱਤੀ ਨੂੰ 3 ਸਾਲ ਹੋ ਗਏ ਆ ਤੇ ਚਮਕ ਨਵੀਂ ਏਜੰਸੀ ਵਰਗੀ ਹੈ। ਲੈ ਵੀ ਬਹੁਤ ਬਹੁਤ ਮੁਬਾਰਕਾਂ ਮੇਰੇ ਭਰਾ ਨੂੰ, ਪਹਿਲੀ ਤਾਂ ਨਵੀਂ ਗੱਡੀ ਦੀਆਂ ਤੇ ਨਵੀਂ ਗੱਡੀ ਦੀ ਅੱਜ ਕਰਾਉਣ ਚੱਲਿਆ ਪਹਿਲੀ ਸਰਵਿਸ ਤੇ ਬਾਕੀ ਦੇਖਦੇ ਹਾਂ। ਬਾਕੀ ਗੱਡੀ ਬਹੁਤ ਵਧੀਆ, ਹੁਣ ਇਸ ਟਾਈਮ ਸਟਾਰਟ ਖੜੀ ਆ, ਤੁਹਾਨੂੰ ਨਹੀਂ ਪਤਾ ਲੱਗਦਾ ਹੁਣ। ਘੱਟੋ ਘੱਟ 15-20 ਮਿੰਟ ਹੋ ਗਏ ਗੱਡੀ ਬੈਠਿਆਂ ਸਾਰੀ ਪਸੰਦ ਸਾਰੇ ਹੀ ਆ, ਪਾਉਣਾ ਨੀ ਕੋਈ ਨੀ, ਪਾਉਣਾ ਹੋ ਰਹੀ ਆ ਜਿਹੜਾ ਸਕਾਰਪੀਓ ਪਾਇਆ ਹੋਇਆ ਆ ਵੇ ਜ਼ਰੂਰੀ ਹੈ। ਨੋਵਾ ਨੂੰ ਪਾਉਣ ਆਏ ਸੀਗੇ, ਨੋਵਾ ਨੂੰ ਹਜੇ ਪਾਉਣ ਦਾ ਕੋਈ ਪਲਾਨ ਨਹੀਂ ਬਣਿਆ ਤੇ ਫਿਰ ਮੈਂ ਕਿਹਾ ਚਲ ਸਕਾਰਪੀਓ ਨਹੀਂ ਪਵਾ ਲਈ, ਮੌਕਾ ਸਾਹਮਣਾ ਮੈਂ ਕਿਹਾ ਫਿਰ ਸਕਾਰਪੀਓ ਦੱਸ ਦੇ। ਇਹਨਾਂ ਨੇ ਦੱਸੋ ਵੀ ਅਗਲਾ ਲਾਏ ਵੀ ਜ਼ਿਆਦਾ ਸੋਹਣਾ ਹੈ ਕਿ ਪਿਛਲਾ, ਭੈਣ ਜੋ ਪਿਛਲਾ ਤਾਂ ਆਈ ਬਈ ਤੂੰ ਉਹੀ ਹੈ ਨਾ ਸਕਰੈਚ ਕਰਨ ਵਾਲਾ, ਦੇਈ ਯਾਰ ਇੱਧਰ ਆ ਪਹਿਲਾਂ ਆਪਦੀ ਪਾਲਿਸੀ ਦੱਸ, ਕੀ ਪਾਲਿਸੀ ਆ ਤੇਰੀ, ਇੱਧਰ ਹੁਣ ਇਹਦੀ ਆਪਦੀ ਪਾਲਿਸੀ ਦੱਸ। ਉਹ ਵੀ ਆਪਣੀ ਨੇ ਬੰਦੇ ਪਤਾ ਲੱਗ ਜੇ ਮਸਾਜ ਹੋਈ ਆ।
ਇਹ ਚਿਮਟਾ ਤਾਂ ਪੈਰਸ ਤੇ ਕਾ ਮਾੜਾ ਹੋਰ ਕਹਿ ਦੇਣੀ ਆਣਾ ਸਹੀ ਹੈ ਬਾਈ ਬਹੁਤ ਵਧੀਆ ਚੀਜ਼ ਹੈ ਵੈਸੇ ਹੈ ਨਹੀਂ 1200 ਰੁਪਈਆ ਦਾ ਲੈ ਚੱਲਿਆ ਤੂੰ 1200 ਦਾ ਸੌਦਾ ਨਹੀਂ ਹੈਗਾ ਤੀਆਂ ਤੀਆਂ ਦੇ ਦੋ ਆ ਹੋ ਗਏ ਆ 100 ਦੀਆਂ ਹੋ ਗਈਆਂ 150 ਦੀ ਆ ਹੋ ਗਈ ਕਿੰਨੇ ਹੋ ਗਏ ਦੱਸ ਬਾਕੀ ਦਾ ਤੂੰ ਕਾਰਡ ਦੀ ਲੈ ਚੱਲਿਆ ਐਮ ਆਰ ਪੀ ਦੇਖ ਕੇ ਦੱਸਾਂ ਕਾਰਡ ਦੇਖ ਲੈ 1200 ਦਾ 8 ਕਾਰਡ ਦੇ ਬੰਦੀਆਂ ਦਾ ਚੱਲ ਕੋਈ ਨਾ ਕੋਈ ਕੋਈ ਗੱਲ ਨਹੀਂ ਇੱਕ ਟਾਇਰ ਜ਼ਿਆਦਾ ਮਹਿੰਗਾ ਪਾ ਦੇਣਗੇ ਕਾਤੇ ਹੁੰਦਾ ਆ ਹੁਣ ਤੁਰ ਕੇ ਆਉਂਦਾ ਮੇਰੇ ਹਿਸਾਬ ਨਾਲ ਜਿੰਨਾ ਟਾਈਮ ਆਪਾਂ ਨੂੰ ਇੱਥੇ ਆਇਆ ਨਹੀਂ ਹੋ ਗਿਆ 5 ਮਿੰਟ ਦਾ ਤਾਂ ਇੱਥੇ ਦਾ ਵਲੌਗ ਹੀ ਬਣ ਗਿਆ ਆ ਤੇ ਕੰਮ ਤੋਂ ਘਾਟਾ ਅੱਧਾ ਘੰਟਾ ਤਾਂ ਇੱਥੇ ਬੈਠੇ ਹੋਈਆਂ ਸਾਰੇ ਦੇ ਆ ਕੇ ਗੱਡੀ ਖੜੀ ਕਰਤੀ ਕਿਸੇ ਨੇ ਲਾਈਵ ਪਾਉਣ ਵਾਸਤੇ ਸਕਾਰਪੀਓ ਦਾ ਸਕਾਰਪੀਓ ਉਹ ਵੀ ਕਾਲੀ ਸਕਾਰਪੀਓ ਆਪਣੀ ਸਕਾਰਪੀਓ ਪਤਾ ਤਾਂ ਉਹਨਾਂ ਨੂੰ ਵੀ ਆ ਫੁਗਰੀ ਕਾਹਦੀ ਬਲੌਗ ਚ ਹੁਣੇ ਤਾਂ ਦਿਖਾ ਕੇ ਆਇਆ ਵੀ ਸਕਾਰਪੀਓ ਕਿੰਨੀ ਚਮਕਦੀ ਖੜੀ ਹੈ ਏਜੰਸੀ ਵਾਂਗੂ ਨੀਟ ਐਂਡ ਕਲੀਨ ਇਹ ਤਾਂ ਫਿਰ ਲਿਬੜੀ ਸੀਗੀ ਜਾਣੇ ਇਹ ਸਕਾਰਪੀਓ ਆਪਣੀ ਹੋਈ ਨਹੀਂ ਸਕਦੀ ਇੰਨੀ ਗੰਦੀ ਕਦੇ ਗੱਡੀ ਰੱਖੀ ਨਹੀਂ ਅੱਜ ਤੱਕ ਨਹੀਂ ਕਦੇ ਗੱਡੀ ਇੰਨੀ ਗੰਦੀ ਰੱਖੀ ਜਦੋਂ ਜਦੋਂ ਗੰਦੀ ਹੋਈ ਮੈਂ ਦਿਖਾਉਂਗਾ ਜ਼ਰੂਰ ਹਾਂ ਜ਼ਰੂਰ ਗਾਣੇ ਲਾ ਲਓ ਵਲੌਗ ਬੰਦ ਕਰ ਦਈਏ ਕਰ ਦਿੰਦੇ ਹਾਂ ਟਾਈਮ ਜੀ 4 ਵਜਣ ਚ ਰਹਿ ਗਏ ਆ 5 ਮਿੰਟ 3 ਮਿੰਟ 3 ਮਿੰਟ ਰਹਿ ਗਏ ਆ ਤੇ 2 ਵਜੇ ਦਾ ਟਾਈਮ ਸੀਗਾ ਏਜੰਸੀ ਚ ਗੱਡੀ ਲੈ ਕੇ ਜਾਣ ਦਾ ਤੇ ਹੁਣ ਮੇਰੇ ਹਿਸਾਬ ਨਾਲ ਤਾਂ ਨਹੀਂ ਉਹ ਤੈਨੂੰ ਏਜੰਸੀ ਚ ਓਏ 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 ਲੇਟ ਨਹੀਂ ਹੋਣਾ ਚਾਹੀਦਾ ਲੇਟ ਨਹੀਂ ਹੋਣਾ ਚਾਹੀਦਾ ਕਹਿੰਦੇ ਮੁੰਡੇ ਕਹਿੰਦੇ ਲੇਟ ਨਹੀਂ ਹੋਣਾ ਲੇਟ ਹੋਣਾ ਦਿੱਗੀ ਬਹੁਤ ਲੰਬੀ ਆ ਮੇਰਾ ਭਰਾ ਤੇ ਮੈਂ ਮੋਰੇ ਆ ਜਾ 4 ਤਾਂ ਨਾ ਜੋ ਉਹ ਪਿੱਛੇ ਮਾਰ ਨਹੀਂ4 ਵਜ ਗਿਆ 2 ਵਜੇ ਤਾਂ ਪਤਾ ਨੀ 1 ਵਜੇ ਦੀ ਅਪਾਇੰਟਮੈਂਟ ਸੀ ਤੇ ਅਗਲੇ ਨੇ ਹੁਣ ਕਿੱਥੇ ਸਰਵਿਸ ਕਰਕੇ ਦੇਣੀ ਆ ਬਾਕੀ ਦੇਖੋ ਮੇਰੇ ਕਹਿਣ ਤੇ ਜੇ ਉਹ ਕਰ ਦੇਣ ਤਾਂ ਬੜੀ ਵਧੀਆ ਗੱਲ ਆ ਮੈਨੂੰ ਕਹਿ ਕੇ ਦੇਖ ਲਈ ਸਰਵਿਸ ਤਾਂ ਮੈਂ ਅੱਜ ਤੇਰੀ ਕਰਵਾ ਦੂੰਗਾ ਕੋਈ ਚੱਕਰ ਨਹੀਂ ਗੱਡੀ ਦੀ ਕਾਫੀ ਜਲਦੀ ਖੋਲ ਦੋ ਲੇਟ ਬਹੁਤ ਹੋ ਗਿਆ ਪਹੁੰਚ ਗਿਆ ਲਓ ਜੀ ਗੱਡੀ ਪਜਾਈਦਾ ਹੋ ਗਿਆ ਫਾਇਦਾ 359 ਹੋਏ ਬੀਪ ਲਾ ਦੂੰਗਾ ਮੈਂ ਉਹ ਗੱਲ ਨੀ ਹੈਗੀ ਏਜੰਸੀ ਚ ਉਹ ਗੱਲਬਾਤ ਹੀ ਨੀ ਹੈਗੀ ਏਜੰਸੀ ਚ ਉਹ ਗੱਲਬਾਤ ਨੀ ਹੈਗੀ ਏਜੰਸੀ ਚ ਇੱਥੋਂ ਦੀ ਮੈਂ ਏਜੰਸੀ ਪਹਿਲੀ ਵਾਰੀ ਆਇਆ ਇਹਨਾਂ ਦੀ ਵਿਜ਼ਿਟ ਕੀਤੀ ਏਜੰਸੀ ਚ ਪਰ ਮੈਨੂੰ ਏਜੰਸੀ ਚ ਗੱਲਬਾਤ ਨਹੀਂ ਲੱਗੀ ਕਦੇ ਮੇਰੇ ਨਾਲ ਚੱਲੀ ਸਕਾਰਪੀਓ ਦੀ ਸਰਵਿਸ ਕੋਣ ਜਾਊਗਾ ਹੁਣ ਮੈਂ ਇਸ ਤਰ੍ਹਾਂ ਤਾਂ ਅੱਗੇ ਪਿੱਛੇ ਗਲਾਸ ਤਿੰਨ ਚਾਰ ਲੈ ਕੇ ਕੋਈ ਕੌਫੀ ਹੁੰਦੀ ਕੋਲਡ ਕੌਫੀ ਕੋਈ ਪੁੱਛਦਾ ਸੀ ਨੀ ਹੈਗੀ ਇੱਥੇ ਯਾਰ ਬੈਸਟ ਟੈਕ ਮਾਲ ਦੇ ਆਪੋਜ਼ਿਟ
ਬੈਸਟ ਟੈਕ ਮਾਲ ਦੇ ਆਪੋਜ਼ਿਟ ਹੈ ਏਜੰਸੀ ਇਹਨਾਂ ਦੀ ਕੋਈ ਨਾ ਆਇਓ ਮੈਂ ਸਿੱਧਾ ਸਾਫ ਜਵਾਬ ਦਿੰਦਾ ਪੈਣਾ ਇਹਨਾਂ ਨੇ ਲਿਖਿਆ ਆ ਵੀ ਇੱਥੇ ਇੱਥੇ ਸਾਡੀਆਂ ਏਜੰਸੀਆਂ ਹੈਗੀਆਂ ਨੇ ਕਰਨਾਲ 'ਚ 2002 'ਚ ਮੋਹਾਲੀ 'ਚ 2008 ਜੀਂਦ 2014 ਲੁਧਿਆਣਾ 2016 ਅਤੇ ਸਾਡੇ ਫਿਰੋਜ਼ਪੁਰ ਦਾ ਤਾਂ ਲਿਖਿਆ ਨਹੀਂ ਹੈ ਚੱਲ ਕੋਈ ਨਾ ਉਹ 51,000 ਕਸਟਮਰ ਨੇ ਨਾ ਜਿਹੜੇ ਉਹ 51,000 ਕਸਟਮਰ ਆ ਜਾਂਦੇ ਨੇ ਜਿਹੜੇ 51,000 51,000 ਕਸਟਮਰ ਇਹਨਾਂ ਦੇ ਕਸਟਮਰ ਨੇ ਨਾ ਜਿਹਨਾਂ 2001 ਤੋਂ ਲੈ ਕੇ ਹੁਣ ਤੱਕ ਅਤੇ 51,000 ਦੇ ਵਿੱਚ ਇੱਕ ਹੁਣ ਆਪਾਂ ਨੂੰ ਵੀ ਐਡ ਕਰ ਲਓ ਵੈਸੇ ਪੁਰਾਣੇ ਤਾਂ ਹੈਗੇ ਹੁਣ ਨਵੇਂ ਨਵੀਂ ਗੱਡੀ ਲੈ ਕੇ ਐਡ ਹੋ ਗਏ ਮਤਲਬ ਪੰਜਾਹ ਹਜ਼ਾਰ ਇੱਕ ਉਹ ਆਪਾਂ 1-2-3 ਆ 50,000 1-2-3 ਹੋਵੇ ਹਾਂ ਆ ਦੇਖੀ ਹੈ ਨਹੀਂ ਗੱਲਬਾਤ ਬੰਦ ਕਰ ਦਿਓ ਮੈਂ ਬੈਠਣ ਲੱਗਾ ਭਾਂਜੇ ਆ ਜਾ ਚੱਲ ਕਹਿੰਦੇ ਏਜੰਸੀ 'ਚ ਆਏ ਹਾਂ ਏਜੰਸੀ ਵਾਲਿਆਂ ਨੇ ਸਹੂਲਤਾਂ ਹੀ ਬੜੀਆਂ ਰੱਖੀਆਂ ਨੇ ਭਾਂਜੇ ਕੁਰਸੀ 'ਤੇ ਬੈਠੀਏ ਤੂੰ ਬਹਿ ਜਾ ਤੂੰ ਵੀ ਬਹਿ ਤੂੰ ਖੜਾ ਕੀ ਕਰਦਾ ਆ ਲਵ ਵੀ ਤੁਹਾਨੂੰ ਵਲੌਗ ਦੇ ਵਿੱਚ ਦੱਸਦੀ ਇੱਕ ਬੰਦਾ ਹੋਰ ਵਲੌਗ ਮੈਨੂੰ ਦੇਖ ਕੇ ਜਾਗ ਗਿਆ ਉਹ ਬੰਦਾ ਦੇਖ ਕੇ ਮੈਨੂੰ ਜਾਗ ਗਿਆ ਉਹਨੇ ਵਲੌਗਿੰਗ ਆ ਵੀ ਗੇਮ ਲੱਗ ਗਈ ਹੈ ਵਲੌਗਿੰਗ ਸ਼ੁਰੂ ਕਰ ਲਈ ਹੈ ਆ ਵੀ ਗੇਮ ਹੈ ਇਹ ਗੇਮ ਹੈ ਇਹ ਵੀ ਕੋਈ ਨਾ ਪਤਾ ਹੈ ਕਿਹੜੀ ਗੇਮ ਆ ਤੇ ਤੁਹਾਨੂੰ ਕੋਈ ਗੇਮ ਹੈ ਹਾਂਜੀ ਭਾਈ ਇਹ ਗੇਮ ਹੈ ਭਾਈ ਫਿਰ ਖੇਡ ਕੇ ਤਾਂ ਦਿਖਾਓ ਕੋਈ ਗੇਮ ਭਰਾ ਕੀ ਹੋ ਗਿਆ ਆ ਦੇਖਦੀ ਨੀ ਤੈਨੂੰ ਦੋ ਇਕੱਠੀਆਂ ਪਾਈਆਂ ਨੇ ਮੇਰੀ ਗੱਲ ਸੁਣ ਤੁਹਾਡੇ ਕੋਲ ਟਰੈਕਟਰ ਕਿਹੜਾ ਫਾਰਮ ਟਰੈਕ ਕਿੰਨੇ ਪੈਸੇ ਲੈ ਕੇ ਇੱਧਰ ਆ ਮੇਰੀ ਗੱਲ ਸੁਣ ਬਿਸਕੁਟ ਨਾਲ ਮੁੰਡੇ ਦਾ ਕਹਿੰਦੇ ਕੀੜਾ ਉੱਠਿਆ ਵਲੌਗਿੰਗ ਵਾਲਾ ਤੇ ਕਹਿੰਦਾ ਵਲੌਗ ਗੱਡੀ ਦੀ ਸਰਵਿਸ ਕਰਾਉਣਾ ਕੋਲੇ ਕੋਲੇ ਹਾਂ ਇਹ ਤੁਹਾਨੂੰ ਮਾਲਕ ਦੱਸਣਗੇ ਵੀ ਵਲੌਗ ਪਾਊਗਾ ਕਿ ਫੋਨ 'ਚ ਰਹਿ ਜੂਗਾ ਜੇ ਇਹਨੇ ਵਲੌਗ ਨਾ ਪਾਇਆ ਜੇ ਇਹਨੇ ਵਲੌਗ ਨਾ ਪਾਇਆ ਤਾਂ ਫਿਰ ਪਤਾ ਕੀ ਕਰਿਆ ਇਹਦੇ ਕਲਿੱਪ ਵੀ ਚੱਕ ਲਾਂਗੇ ਤੇ ਇਹਦੇ ਤੁਸੀਂ ਐਂ ਕਰੋ ਕਮੈਂਟਾਂ 'ਚ ਜਾ ਕੇ ਮੈਸੇਜ ਕਰ ਦਿਓ ਬਈ ਵਲੌਗ ਬਣਾਇਆ ਸੀ ਅਪਲੋਡ ਕਰ ਅਪਲੋਡ ਕਰ ਕਿਉਂਕਿ ਮੇਰੇ ਤਾਂ ਇਹਦਾ ਮੁਸ਼ਕਲ ਹੀ ਲੱਗਦਾ ਸਭ ਫੋਨ 'ਚ ਹੀ ਬਣਿਆ ਪਿਆਰਾ ਬਣਾਇਆ ਸੀ ਦੋਨਾਂ ਨੇ ਬਾਬਾ ਟਾਈਮ ਬਣਾਉਂਦੇ ਜਿਗਰਾ ਜਾ ਕੱਢ ਕੇ ਵਲੌਗਿੰਗ ਸ਼ੁਰੂ ਕਰ ਕੀਤੀ ਫਿਰ ਤੇ ਹੁਣ ਤੁਸੀਂ ਵਲੌਗਿੰਗ ਨੂੰ ਪਿਆਰ ਵੀ ਬੜਾ ਦੇ ਰਹੇ ਹੋ ਤਾਂ ਏਦਾਂ ਦੇ ਰਹੇ ਹੋ
ਨਜ਼ਾਰੇ ਆਉਂਦੇ ਰਹਿਣ ਤੇ ਜਾਂਦੇ ਰਹਿਣ ਤੇ ਛੇਤੀ ਛੇਤੀ ਆਪਾਂ ਵੀ ਫਿਰ ਫਾਰਚੂਨਰ ਲੈ ਲਈਏ ਸਵਾਰੀ ਚੱਕੀ ਨਾਲ ਹੀ ਏਅਰਪੋਰਟ ਏਅਰਪੋਰਟ ਦੀ ਸਵਾਰੀ ਰੱਖਿਆ ਕਰਨੀ ਬਸ ਇੱਕ ਹੀ ਗਰਮੀਆਂ ਨੂੰ ਲਦਾਖ ਵੱਲ ਚਲਾ ਦਿਆ ਕਰਨੀ ਫਿਰ ਤਾਂ ਆਪਾਂ ਲੈ ਲਾਂਗੇ ਸਾਰੇ ਗਰਮੀਆਂ 'ਚ ਲਦਾ ਲੈ ਦੂ ਗੱਲ ਨਹੀਂ ਤਾਂ ਫਿਰ ਛੇਤੀ ਲੈ ਲਾਂਗੇ ਇੱਕ ਦੋ ਸੀਜ਼ਨ ਲਾਉਣੇ ਪੈਣੇ ਡਾਟ ਕੇ ਨਹੀਂ ਤਾਂ ਮੈਂ ਕਹਿੰਦਾ ਦੂਜੀ ਲੈ ਲਈਏ ਨਹੀਂ ਚਿੱਟੀ ਰੇਂਜ ਲੈ ਲੈਂਦੇ ਹਾਂ ਜਾਂ ਬੈਂਟਲੇ ਡੋਲੀਆਂ ਦੇ ਸੀਜ਼ਨ ਲਾ ਕੇ ਯਾਰ ਫਿਰ ਪਾਣੀ ਮੈਂ ਚਾਹ ਵੀ ਪਿਆ ਦੋ ਪਾਣੀ ਪਿਆ ਪਿਆ ਕੇ ਤੁਸੀਂ ਢੇਡਾ ਫਿਰ ਜਾਣਾ ਸਾਡਾ ਉਹ ਬਾਈ ਬਾਈ ਚਾਹ ਪਿਆਈ ਕਿ ਨਹੀਂ ਇਹਨਾਂ ਨੇ ਤੁਹਾਨੂੰ ਪੀ ਲਈ ਬਸ ਠੀਕ ਆ ਵਾਰ ਵਾਰ ਚਾਹ ਹੀ ਪਿਆਈ ਲਿਆਓ ਚਾਹ ਤੀਨ ਚਾਹ ਜਾਂ ਕਾਫੀ ਕੁਛ ਵੀ ਆਪ ਹੀ ਪਾ ਲਾਂਗੇ ਚਾਹ ਲਿਆ ਉਹ ਬਾਈ ਵੀ ਕਹਿੰਦਾ ਨਾ ਜਦੋਂ ਬੋਲੀ ਕਹਿੰਦੇ ਚੰਗਾ ਭਲਾ ਦਾ ਸੁੱਤਾ ਪਿਆ ਹੁਣ ਮੈਂ ਤਾਂ ਲੱਗਿਆ ਸੌ ਮੁਕਦੀ ਗੱਲ ਬਸ ਤੁਸੀਂ ਆਪਦੀ ਦਿਹਾੜੀ ਨੀ ਲੈਣੀ ਹੈ ਨਹੀਂ ਨਵੀਂ ਗੱਡੀ ਦੀ ਇੰਨਾ ਕੁਛ 7000 ਦਾ ਸਮਾਨ ਪੈਣਾ ਤਾਂ ਗੱਡੀ ਚੱਲੀ ਵੀ ਨੀ ਇੰਨੀ 10000 ਚੱਲ ਗਈ ਗੱਡੀ ਹਾਂ ਤੇ ਹੈ ਤਾਂ ਨਵੀਂ ਆ ਨਵੀਂ ਤੇ ਤੁਸੀਂ ਇੰਨਾ ਸਮਾਨ ਪਾ ਦੇਣਾ ਹੋ ਜਾਂਦਾ ਨਵੀਂ ਪਾ ਦਿਓ ਕਿਸੇ ਮੇਰੀ ਗੰਗ ਛਿੜਗੀ ਆ ਕੱਲੇ ਚਾਹ ਪਿਆ ਬਿਸਕੁਟ ਬਸਕਟ ਨੀ ਦਿੰਦੇ ਨਾਲ ਲਾਓ ਜੇ ਬਾਲੂ ਸ਼ਾਹੀ ਹੈਗੀ ਤਾਂ ਉਹ ਲਿਆਓ ਸ਼ੂਗਰ ਕੀ ਕਮੀ ਹੈ ਥੋੜਾ ਸ਼ੂਗਰ ਲਾ ਦੇ ਹਾਂ ਤਾਂ ਬਿਸਕੁਟ ਕਰੀਮ ਵਾਲੇ ਸੱਚੀ ਭੇਜਤੇ ਸ਼ੂਗਰ ਆ ਭਰਾ ਤੈਨੂੰ ਕੋਈ ਚੀਜ਼ ਤਾਂ ਸਵਾਦ ਲੱਗੀ ਕੋਈ ਚੀਜ਼ ਤਾਂ ਨਹੀਂ ਲੱਗੀ ਟੇਬਲ ਨੂੰ ਇੱਧਰ ਨਾ ਖਿੱਚੀ ਇੰਨੀ ਦੂਰ ਕਾ ਤਾਂ ਰੱਖਿਆ ਯਾਰ ਇੰਨੀ ਦੂਰ ਦੱਸ ਅਸੀਂ ਕੀ ਕਰਾਂ ਇੱਧਰ ਰੱਖ ਆ ਜਾ ਵੀ ਨਿਸ਼ਾਨ ਦੀ ਹੋਣੀ ਬਿਸਕੁਟ ਇੱਕ ਲੋਗ ਨਾ ਪੀ ਉਹ ਨੂੰ ਨਹੀਂ ਬਿਸਕੁਟ ਦੇ ਲਿਆ ਮੇਰੇ ਦਾ ਹੁਣ ਨਾ 1 2 3 4 5 6 7 ਆ ਇੱਕ ਤੂੰ ਖਾ ਲਿਆ ਤੇਰੇ ਪੂਰੇ ਹੋ ਗਏ ਮੇਰੇ ਤੇ ਨਿਸ਼ਾਨ ਦੇ ਰਹਿ ਗਏ ਅੱਛਾ ਸਾਰਾ 7 ਤੇ ਮੇਰਾ 1 ਹੀ 6 ਤੁਹਾਡੇ ਇੱਕ ਹੋਰ ਖਾ ਲਾ ਯਾਰ ਕੀ ਫਿਰ ਮੈਂ ਚਪੇੜਾ ਖਾ ਲੇਗਾ ਮੇਰੇ ਤੋਂ ਦੱਸ ਕੋਈ ਫਾਇਦਾ ਯਾਰ ਤੈਨੂੰ ਕਹਿੰਦਾ ਮੈਂ ਭਾਂਜਾ ਕੁੱਟ ਤਾ ਟੀਵੀ ਬੰਦ ਕਰ ਦਿਓ ਯਾਰ ਜਾਂ ਕੋਈ ਗਾਣੇ ਗੂਣੇ ਲਾ ਲਾ ਪਤਾ ਨਹੀਂ ਕਿਹੜਾ ਟੀਵੀ ਦੇਖਣਾ ਮੈਨੂੰ ਨਹੀਂ ਸਮਝ ਲੱਗਦੀ ਟੀਵੀ ਦੋ ਲਾ ਦਿਆ ਇੱਕ ਮੈਨੂੰ ਨਾ ਪੇਂਟਿੰਗ ਦੀ ਸਮਝ ਲੱਗਦੀ ਹੈ ਜਿਹਨੇ ਬਣਾਈ ਹੈ ਉਹੀ ਦੱਸ ਸਕਦਾ ਵੀ ਇਹ ਕੀ ਬਣਾਇਆ ਜਾਂ ਫਿਰ ਆਹ ਫੋਟੋ ਕਿਸੇ ਬੰਦੇ ਨੇ ਬਣਾਈ ਹੈ ਨਸ਼ਾ ਕਰਕੇ ਤੇ ਇਹਨੂੰ ਜਾਂ ਫਿਰ ਬੰਦਾ ਕੋਈ ਨਸ਼ਾ ਕਰਕੇ ਫਿਰ ਹੀ ਸਮਝ ਸਕਦਾ ਸੋਫੀ ਬੰਦੇ ਕੀ ਜੇ ਨੀ ਕੀਮਤ ਜਾਂਸੀ ਲੈ ਜਾਂਦੇ ਆਪਾਂ ਉਹਨਾਂ ਨੇ ਕਹਿੰਦਾ ਗੱਡੀ ਰੱਖ ਲਓ ਤੈਨੂੰ ਫੋਟੋ ਚਾਹੀਦੀ ਬੜੀ ਪਸੰਦ ਆ ਜਿਹਦੀ ਕੀਮਤ ਹੈ ਫਿਰ ਤਾਂ ਚਲ ਰੱਖ ਲਓ ਫਿਰ ਤਾਂ ਤੁਹਾਡੇ ਇੱਥੇ ਲੱਗੀ ਮਾੜੀ ਨਹੀਂ ਲੱਗਦੀ ਸਮਝ ਭਲਾ ਲੱਗੇ ਨਾ ਲੱਗੇ ਦੋ ਮਿੰਟ ਸਮਝ ਭਲਾ ਲੱਗੇ ਨਾ ਲੱਗੇ ਪਰ ਫੋਟੋ ਸਹੀ ਲੱਗ ਰਹੀ ਆ ਤੂੰ ਘੱਟ ਭਰ ਕੇ ਦੇਤਾ ਤੇਰੇ ਵਾਲੇ ਚ ਮੈਂ ਜ਼ਿਆਦਾ
खंड जी मिठाएगा खंड जी ने मिठाएगा क्या बात है लगता मुंडे ने फॉर्च्यूनर कढ़ाई चाह पियोगे नहीं अच्छा गड्डी आप दी लेके आए हो सर्विस कराउड के ड्राइवर बार बैठा है के तुसी ड्राइवर हो तड़ी बड़ी ताड़ी ਤੁਸੀਂ ਤਾਂ ਅੱਖੀ ਨਹੀਂ ਬਲਾਈ ਸਾਡੇ ਨਾਲ ਬੜਾ ਸਵਾਦ ਆ ਸੌਂ ਲੱਗੇ ਤੇਰੀ ਸੌਂ ਲੱਗੇ ਖਾਊਂਗਾ ਜ਼ਰੂਰ ਪਰ ਸ਼ਰਤ ਇੱਕ चंगा गल्ला ही है जे तुसी लेना चाहुंदे हो इदां दी गड्डी थल्लो ने इत्थे दे ढक्कण आ वेरी बैड ये गलत चीज है ऐदा नहीं होना चाहिए सलंसर च प्ले बहुत ज्यादा प्ले आ सलंसर दे विच ये प्ले भी सैट करनी चाहिए एजेंसी वालों नूं ध्यान देना चाहिए जी छोटिया छोटिया चीजा दे विच आ तो चलो गुड चीज लाई आ मैं नक्स कटदा पिया आ यार ये प्ले बहुत ज्यादा इन्हू ना थोड़ा सही करना चाहिए आ देख जंसी वाले ने यह चीजा पर ध्यान देना चाहिए एक इधर एक आ देख वट इज दिस है आ की चीज आ ये तो फिर हल नवी ले गई कि चल दी ले लिती तो नहीं आ इधर ठीक आ हेलो ब्रदर पहचान ਗਾਣੇ ਗੁਣੇ ਤਾਂ ਨਹੀਂ ਸੁਣਨੇ ਲਾਈਵ ਟੈਲੀਕਾਸਟ ਚੱਲਦਾ ਸਰ ਆਪਣੇ ਪਲੇਟ ਕਹਾਂ ਪਰ ਲੈ ਕੇ ਆ ਗਏ ਗਲਤ ਜਗ੍ਹਾ ਪੇ ਖੜੇ ਹੋ ਆਪਕੋ ਪਤਾ ਆਪਕੋ ਪਤਾ ਆਪ ਗਲਤ ਜਗ੍ਹਾ ਪੇ ਖੜੇ ਕੋਈ ਬਾਤ ਨਹੀਂ ਲਾਈ ਕੋਈ ਬਾਤ ਨਹੀਂ ਆ ਗਏ ਬਹੁਤ ਬਹੁਤ ਥੈਂਕ ਯੂ ਯਾਰ ਤੇਰਾ ਇੱਧਰ ਲਾਈਵ ਟੈਲੀਕਾਸਟ ਇੱਥੇ ਚੱਲ ਰਿਹਾ ਬਰੋ ਚਿੰਗੜ ਮਿੰਗੜ लो जी बिल अपना डन हो गया तो इन्हों भी एक स्कैम दसी है इतने ना वाह वाह चीजा इन्होंने पाइया हुई इन ज्यादा तो ये इन्होंने टोटल बनाया सी 7,000 रुपया कहें सर्विस का लवेंगे पहली सर्विस फ्री आ बट फ्री आते फ्री का भी कहते 7,000 लवेंगे वो आप थोड़ी चीज़ा माइनस करा दी जिमें जिन्हों की हजे अपने लोड़ नहीं गड्डी की नीड नहीं हैगी सी वो चीज़ा कैंसल कराने वो चीज़ा कैंसल करा 7,000 का बिल बनना सी हूँ अपना ਗੱਡੀ ਦੀ ਸਰਵਿਸ ਕਰਾਉਣ 'ਤੇ ਸਾਰਾ ਕਰਾਉਣ 'ਤੇ ਆਪਾਂ ਨੂੰ ਬਿੱਲ ਬਣਿਆ 2871 ਰੁਪਏ 2871 ਕਿੱਥੇ 7,000 ਅਤੇ ਕਿੱਥੇ 2871
2871 इंग्लिश बोलनी पैंती है ऑडियंस में इंग्लिश ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਹੁਣ ਆਪਣਾ ਹੋ ਗਿਆ ਸਾਰਾ ਸਿਸਟਮ ਸਾਥੀ ਆ ਪਹਿਲਾਂ ਕਿੰਨੇ ਪਹਿਲਾਂ ਕਿੰਨੀ ਸਰਵਿਸ ਲੱਗਣੀ ਸੀਗੀ ਪੈਸੇ ਆਪਣੇ ਉਹ ਅਗਲੀ ਤੇ ਫੇਲ ਲੱਗਣਾ ਤੁਹਾਡਾ ਪੈਸਾ ਅਗਲੀ ਤੇ ਲੱਗਣਾ ਤੁਹਾਡਾ ਸਾਡੇ 5-6000 ਤੇ ਨਹੀਂ ਹੁਣ ਹੁਣ ਤੁਸੀਂ ਪਹਿਲਾਂ ਕਿਹਾ ਸੀਗਾ 7000 ਲੱਗੂਗਾ ਹਨਾ ਤੁਸੀਂ ਇਹ ਕੰਮ ਕਰਾ ਘਟਾ ਦੇਣਾ ਸਾਥੀ ਏਸੀ ਸਿਲੈਂਸਰ ਵਗੈਰਾ ਘਟਾ ਦੇਣਾ ਹਾਂ ਤੇ ਫੇਰ ਸਰਵਿਸ ਤਾਂ ਸਸਤੀ ਹੋ ਗਈ ਨਾ ਸਰਵਿਸ ਸਸਤੀ ਹੋ ਗਈ ਤੁਸੀਂ ਬੈਨੀਫਿਟ ਹੋ ਗਿਆ ਬੈਨੀਫਿਟ ਵੀ ਹੋ ਗਿਆ ਕਿਤੇ 7000 ਕਿਤੇ ਲਾਈ ਸੀ ਇਹ ਕੰਮ ਵੀ ਹੋ ਗਿਆ ਤੁਹਾਡਾ ਉਹ ਤਾਂ ਜੀ ਐਡੀਸ਼ਨਲ ਚੀਜ਼ ਹੋ ਗਈ ਜਿਵੇਂ ਨਾ ਸਿਲੈਂਸਰ ਦੀ ਕਲੀਨਿੰਗ ਰਸਟਿੰਗ ਦੀ ਬੰਦੀ ਤਾਂ ਕਰ ਦੋ मारने साइन जी दसो जी हमने मार दिने इतना जी This is my signature. Thank you, Baba. Thank you, yar. Thank you. एक बढ़िया गाड़ी आ रही है। कैमरा। यार आहा चीज़ बढ़िया हैगी है कि नहीं? पायलट से बढ़िया संडे को तुझे आके दे सकते हो गाड़ी का सारा सब कुछ लगना इधर। संडे को? संडे को संडे को। आहा संडे को? हाँ आ संडे को। आ आज ही तेरे को देखना है। ये तो स्पेशल लगा है। पायलट से बात इधर ही मिलेगी गाड़ी। पूरा ये काफी आ रहा है। ये दूर दूर से लोग आ रहे हैं गाड़ी में। इधर कोई कैंप हाँ कैंप लग रहा है। हाई एक्स हाँ जी ਜਿਹੜੀ ਮੋਡੀਫਾਈ ਵੀ ਹੋਈ ਹੋਣੀ ਸਾਰਾ ਸਭ ਕੁਝ ਹੋਣਾ ਹਾਈਲਾਈਟ ਦੇ ਵਿੱਚ ਨਾ ਅੱਛਾ ਹਾਂਜੀ ਜਿਹੜੀ ਮੋਡੀਫਾਈ ਨਹੀਂ ਹੁੰਦੀ ਉਹਦੀ ਵੀ ਬਈ ਸਵੇ 10 ਵਜੇ ਆ ਖਾਣ ਪੀਣ ਦਾ ਪ੍ਰੋਗਰਾਮ ਖਾਣ ਪੀਣ ਦਾ ਵੀ ਦਿੱਤਾ ਖਾਣ ਪੀਣ ਦਾ ਕੀ ਚਾਹ ਪਾਣੀ ਚਾਹ ਪਾਣੀ ਤਾਂ ਨੋਰਮਲ ਚੀਜ਼ ਹੋ ਗਈ ਹਾਂ ਕੋਈ ਹੋਰ ਬ੍ਰੈਡ ਪਕੌੜਾ ਨਹੀਂ ਸੱਚੀ ਅੱਜ ਚਾਹ ਬਹੁਤ ਲੇਟ ਮਿਲੀ ਉੱਤੇ ਫਿੱਕੀ ਚਾਹ ਲਿਆ ਕੇ ਦਿੱਤੀ ਯਾਰ नहीं बई और मेरी गल सुन एक ओदी भी चैलेंज मिठा उन्हें आते सा ना सही गए जे बद पा के भेज दिना अपन नु घटा नहीं सकदे सी उन्हें घट पाया ते बद कर ले बद नाल दे गया मिठा फे इन्हां दा घट दे ते यार बिस्किट भी घट दित्ते सी बिस्किट वाले ज्यादा दे दे 7 पीस दित्ते भाई तीन बंदे 7 पीस असीं लड़पे एक एक सोफे दे उत्ते एक दूजे सुनो कि तू जे ब्लॉग च आ गया ते तीन जने आए ने यार 3 पीस ओदी सामने छे ओ अगली बार अगली बार करेंगे ਬਾਜੀ ਮੁੰਡਾ ਦਾ ਭੱਜ ਗਿਆ ਪਲੀਜ਼ 2-2-2 ਤੇਰਾ ਰਿਵਿਊ ਅਸੀਂ ਯੂਟਿਊਬ ਤੇ ਦੇ ਦੇਣਾ ਤੇਰਾ ਰਿਵਿਊ ਯੂਟਿਊਬ ਤੇ ਦੇ ਦੇਣਾ ਤੇ ਏਜੰਸੀ ਦਾ ਸੱਚ ਰਿਵਿਊ ਦਿੱਤਾ ਆ ਵੀ ਸਾਨੂੰ ਇੱਕ ਚਾਹ ਨਹੀਂ ਸਵਾਦ ਲੱਗੀ ਜੋ ਮੈਨੂੰ ਉੱਥੇ ਲੱਗਿਆ ਸੀਗਾ ਮਹਿੰਦਰਾ ਏਜੰਸੀ ਜੀ ਰਾਜ ਦੇ ਹੋਟਲ ਦੇ ਉਹ ਕਹਿੰਦੇ ਕੀ ਆ ਮੈਂ ਕਿਹਾ ਜੀ ਤੁਹਾਡੀ ਚਾਹ ਨਹੀਂ ਸਵਾਦ ਲੱਗੀ ਤੇ ਨਹੀਂ ਸਵਾਦ ਲੱਗੀ ਹੁਣ ਤੇਰਾ ਰਿਵਿਊ ਤੂੰ ਬੰਦਾ ਵਧੀਆ ਤੇਰਾ ਰਿਵਿਊ ਗੁੱਡ ਜਾਏਗਾ ਬਾਕੀ ਰਿਵਿਊ ਤਾਂ ਦੇਣੇ ਹੀ ਚਾਹ ਬੜੀ ਲੇਟ ਭੇਜੀ ਤੇ ਬਿਸਕੁਟ ਘੱਟ ਭੇਜੇ ਸੱਤ ਦਿੱਤੇ ਤਿੰਨ ਬੰਦੇ ਵਾਸਤੇ ਲੜਾਈ ਹੁੰਦੀ ਹਾਂ ਲੜਾਈ ਹੁੰਦੀ ਆ ਜੇ ਤਿੰਨ ਬੰਦੇ ਆਏ ਨੇ ਆ ਦੋ ਦੋ ਜਾਂ ਤਿੰਨ ਤਿੰਨ ਪੂਰੇ ਹੋਣ ਠੀਕ ਘੱਟ ਰਹਿ ਗਿਆ ਦੇਖ ਲੈ ਰਾਜਸਥਾਨ ਤੋਂ ਆਏ ਸਪੈਸ਼ਲ ਚੰਡੀਗੜ੍ਹ ਗੱਡੀ ਪਲਟਾਉਣ ਇੱਥੇ ਪਲਟਾਈ ਇਹਨਾਂ ਨੇ ਤਾਂ ਹੀ ਇੱਥੇ ਖੜੀ ਹੈ ਜੇ ਕੋਈ ਏਅਰਪੈਗ ਨਹੀਂ ਵਾਹਿਗੁਰੂ 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 ਫੋਰਚੂਨਰ ਕੈਂਸਲ ਨਹੀਂ ਨਾ ਕਰਦੀ ਇਹ ਤਾਂ ਕਹਿੰਦੇ ਸੇਫਟੀ ਆ ਗੱਡੀ ਚ ਸੇਫਟੀ ਕਰਕੇ ਸਨਰੂਫ ਨਹੀਂ ਦਿੰਦੇ ਇਹ ਕਹਿੰਦੇ ਵੀ ਸੇਫਟੀ ਕਰਕੇ ਸਨਰੂਫ ਨਹੀਂ ਦਿੰਦੇ ਅਸੀਂ ਆਪਦੀ ਗੱਡੀ ਨੂੰ ਫੋਰਚੂਨਰ ਦਾ ਹਾਈਪ ਕਰਿਆ ਮੂਨ ਰੂਫ ਕਾਹਤੋਂ ਨਹੀਂ ਦਿੰਦੇ ਕਹਿੰਦੇ ਸਾਡਾ ਸੇਫਟੀ ਫੀਚਰ ਆ ਵੀ ਇਹਦੇ ਨਾਲ ਐਕਸੀਡੈਂਟ ਜਾਂ ਕੁਝ ਵੀ ਹੋਦਾ ਸੇਫਟੀ ਕੀ ਦੱਸਾਂ ਮੈਂ ਪਿੱਛੇ ਹੀ ਆ ਗਏ ਹੁਣ ਗੱਡੀ ਆਪ ਹੀ ਚੈੱਕ ਕਰਨ ਆ ਗਏ ਵੀ ਇੰਨਾ ਟਾਈਮ ਕਾਹਤੋਂ ਲਾਈ ਜਾਂਦੇ ਅਸੀਂ ਗੱਡੀ ਇੰਨੀ ਵੀ ਨਹੀਂ ਧਵਾਉਣੀ ਬਾਕੀ ਪਸੰਦ ਆਪਣੀ ਵਧੀਆ ਫੋਰਚੂਨਰ ਗੁੱਡ ਆ ਲੀਐਂਡਰ ਫਿਰ ਲੀਐਂਡਰ ਆ ਲੀਐਂਡਰ ਕਹਿੰਦੇ ਲੀਐਂਡਰ ਆ ਅੱਖਾਂ ਨਾਲ ਜਿਹੜਾ ਮਾਰਦੀ ਆ ਨਾ ਇਹ ਬੱਲੇ ਲੈ ਜੀ ਤੁਹਾਨੂੰ ਅਜੇ ਕਹਿੰਦੇ ਲਾਈਵ ਹੀ ਦਿਖਾ ਦੇਣੀ ਆ ਗੱਡੀਆਂ ਕਿਵੇਂ ਉੱਤੇ ਜਾਂਦੀਆਂ ਨੇ ਇਹ ਥੱਲੇ ਵੀ ਜਗ੍ਹਾ ਹੈਗੀ ਆ ਜੀ ਬੰਦੇ ਬੁੰਦੇ ਲੈ ਕੇ ਜਾਣੇ ਹੁਣ ਤਾਂ ਕਿੰਨੇ ਹੀ ਆ ਜਾਣਗੇ ਜੀ ਚਲੋ ਲੈ ਜਾਓ ਕੋਈ ਨਾ ਥੱਲੇ ਬੇਸਮੈਂਟ 'ਚ ਖੜੀ ਕਰ ਲਓ ਜਦੋਂ ਮੈਂ ਜਾਣਾ ਹੋਊਗਾ ਉਦੋਂ ਬਾਹਰ ਮੰਗਾ ਲਾਂਗੇ
ਕੁਣੀ ਪੈ ਗਿਆ ਡੈਂਟ ਹਾਂ ਹਾਂ ਡਿਜ਼ਾਈਨ ਆ ਡੈਂਟ ਨਹੀਂ ਹੈਗਾ ਓਕੇ ਆਂਦਾ ਆਂਦਾ ਆਵ ਲੱਗ ਗਈ ਚਲੋ ਚਲੋ ਚਲ 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 ਜਿੱਦਾਂ ਉਹ ਵੀਡੀਓ ਪਾਈ ਕਹਿੰਦਾ ਦੇਖ ਲੈ ਆਪਣੇ ਬੰਦੇ ਕਿੰਨੇ ਵੇਲੇ ਆ ਗੱਡੀ ਬੈਕਗ੍ਰਾਉਂਡ ਚਾਰ ਜਣੇ ਖੜੇ ਆ ਹਾਂ ਤੇ ਅਗਲਾ ਰੋਜ਼ ਹੀ ਲੈ ਕੇ ਜਾਂਦਾ ਅਗਲੇ ਦੇ ਰੋਜ਼ ਲਾ ਲਈ ਆਪਾਂ ਉਹਨੂੰ ਕਹੀ ਜਾਂਦੇ ਭਾਈ ਚੱਲ ਜਾ ਹੁਣ ਕੀ ਕਰੀਏ ਵਿਹਲੇ ਹੀ ਹੁਣ ਇਸ ਟਾਈਮ ਇੰਨੇ ਆ ਤੇ ਵਿਹਲਿਆਂ ਦਾ ਟਾਈਮ ਪਾਸ ਤਾਂ ਕਰਨਾ ਹੀ ਆ ਇੱਕ ਆ ਵਲੌਗ ਤੇ ਆ ਰਹੇ ਲੱਗੇ ਓ ਉਧਰ ਗੇਟ ਦੂਜਾ ਵੀ ਹੈਗਾ ਬੰਦ ਕਰਨ ਵਾਲਾ ਵਲੌਗ ਦੇ ਕਰਕੇ ਬਿਜ਼ੀ ਆ ਵਲੌਗ ਵੀ ਨਾ ਹੁੰਦਾ ਤਾਂ ਬਾਲੇ ਵਿਹਲੇ ਇੱਕ ਬੰਦਾ ਹੋਰ ਆ ਗਿਆ ਉਹ ਤਾਂ ਵਲੌਗ ਤਾਂ ਬਣਾ ਆਪਦਾ ਮੈਂ ਕਹਿੰਦਾ ਯਾਦ ਕਰਾਉਣਾ ਪੈਂਦਾ ਮੁੰਡਾ ਕਹਿੰਦਾ ਮੁਕਾਬਲੇ ਚ ਆਇਆ ਗੇਮ ਚ ਆਇਆ ਨਵਾਂ ਨਵਾਂ ਮੁੰਡਾ ਗੇਮ ਚ ਆਇਆ ਲਓ ਜੀ ਵਲੌਗਿੰਗ ਦੀ ਦੁਨੀਆ ਚ ਦੋ ਮੁੰਡੇ ਆਏ ਨੇ ਦੁਬਾਰਾ ਕਹਿੰਦੇ ਬੈਕ ਇਨ ਗੇਮ ਗੈਪ ਬੈਕ ਇਨ ਗੇਮ ਬੈਕ ਇਨ ਗੇਮ ਐਡੀ ਵੱਡੀ ਗੱਲ ਰੈਡੀ ਓਕੇ ਰਿਪੋਰਟ ਲਓ ਜੀ ਚਮਕਾਤੀ ਮੁੰਡਿਆਂ ਨੇ ਮੈਂ ਡਾਊਨ ਕਰੀ ਜਾਣ ਬਾਰੀ ਖੋਲ ਕੇ ਬਣਾਉਣਾ ਬਾਰੀ ਖੋਲ ਕੇ ਲਓ ਸਰ ਖੋਲ ਦੋ ਗੇਟ ਗੇਟ ਪਾਸ ਪਕੜਾ ਦਿਆ ਓਕੇ 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 ਸਾਨੂੰ ਜਾਣ ਦੋ ਇੰਨਾ ਟਾਈਮ ਹੋ ਗਿਆ ਬਿਠਾਇਆ ਨੂੰ ਕੱਲੀ ਚਾਹ ਪਿਆਈ ਚਾਰ ਬਿਸਕੁਟਾਂ ਦੇ ਨਾਲ ਲਓ ਜੀ ਬਟਰ ਸਤਿ ਸ੍ਰੀ ਅਕਾਲ ਤਿੰਨ ਬੰਦੇ ਸੱਤ ਬਿਸਕੁਟ ਵਾਲੀ ਰੜਕੀ ਗਈ ਹੈ ਬਟਰ ਵੀਰ ਨੂੰ ਚਾਹ 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 ਤੇ ਚਾਹ ਯਾਰ ਜਿਹੜੀ ਗੱਲ ਹੈਗੀ ਆਪਾਂ ਨਿੱਕੀ ਨਿੱਕੀਆਂ ਚੀਜ਼ਾਂ ਨਾਲ ਹੀ ਖੁਸ਼ ਹੋ ਜਾਂਦੇ ਆ ਹੜਾ ਕੋਈ ਆਪਾਂ ਵੱਡੀਆਂ ਚੀਜ਼ਾਂ ਨਹੀਂ ਵੀ ਬਸ ਉਦਾਂ ਮੜਾ ਜਾਂ ਚਾਹ ਚੂ ਚੰਗੀ ਇੱਕ ਚਾਹ ਦੀ ਕੱਪ ਨਾਲ ਹੋਰ ਵਧੀਆ ਜਾਣ ਲਾਈਫ ਆ ਤੁਹਾਡੀ ਇੰਜੋਏ ਕਰੋ ਹਾਂ ਹੁਣ ਪਹਿਲਾਂ ਲਾਓ ਕਿਤੇ ਆਪਾਂ ਰੋਟੀ ਖਾਈਏ ਕਿਤੇ ਬਹਿ ਕੇ ਰੈਸਟੋਰੈਂਟ ਚੱਲੋ ਕਿਤੇ ਫਲੈਟ ਚ ਹਣਾ ਉਹ ਨੋਵਾਂ ਵੇ ਲਾਏ ਪਏ ਤੱਕ ਲੈ ਆਉਨੇ ਆ ਅਹੀਂ ਹੋ ਗਏ ਛੁੱਟੇ ਵੇਲੇ ਹੁਣ ਪਲੈਨਿੰਗ ਅੱਗੇ ਫਿਊਚਰ ਦੀ ਪਲੈਨਿੰਗ ਹੋ ਰਹੀ ਹੈ ਵੀ ਕਹਿੰਦਾ ਹੁਣ ਆਪਾਂ ਡੇਲੀ ਰੈਗੂਲਰ ਵਲੌਗ ਪਾਇਆ ਕਰਨੇ ਆ ਮੇਰਾ ਤਾਂ ਇੱਕ ਦਿਨ ਛੱਡ ਕੇ ਨਿਸ਼ਾਨ ਦਾ ਡੇਲੀ ਰੈਗੂਲਰ ਵਲੌਗ ਨਿਸ਼ਾਨ ਖੈਰਾ ਹੈ ਮਾਰਦਾ ਤਾਂ ਵੀ ਨਿਸ਼ਾਨ ਖੈਰਾ ਡੇਲੀ ਮੈਂ ਕਿਤੇ ਐਵੇਂ ਜਦੋਂ ਲਹਿਰ ਜੀ ਲੱਗੀ ਹੋਵੇ ਬਣਾ ਲਈਦਾ ਐਵੇਂ ਮੇਰੇ ਥਾਪੀ ਨਾ ਮਰ ਜ਼ਿੰਮੇਵਾਰੀ ਨਾ ਚੁੱਕੀ ਮਰ ਤੋਂ ਵੀ ਨਹੀਂ ਪੈਣੇ ਮੁੰਡੇ ਵੀ ਰਹਿੰਦਾ ਸਾਡੇ ਬਣਿਆ ਬਣਾ ਕੇ ਰਹਿੰਦਾ ਥਾਪੀ ਨਾ ਮਰ ਨਹੀਂ ਉਹ ਚੋਂ ਕੱਟ ਕੇ ਰੀਲਾ ਪਾ ਦੇ ਥਾਪੀ ਉਤਰਾ ਤੇ ਫਿਰ ਆਪਣੀ ਥਾਪੀ ਮੇਰਾ ਵਲੌਗ ਡੇਲੀ ਡੇਲੀ ਤੁਹਾਨੂੰ ਪਤਾ ਹੀ ਆ ਬਾਈ ਜਿੱਦਾਂ ਦਾ ਹੈਗਾ ਆ ਲਓ ਜੀ ਹੁਣ ਮਾੜਾ ਜਿਹਾ ਇੱਥੇ ਚੀਜ਼ਾਂ ਜਿਹੀਆਂ ਦੇਖਣ ਆ ਗਏ ਸੀਗੇ ਆਹ ਬੂਟ ਬਾਈ ਇਮਰਾਨ ਪੀ ਕੇ ਨੂੰ ਮੈਂਸ਼ਨ ਕਰ ਦਿਓ ਸਪੈਸ਼ਲ ਬਾਈ ਤੇਰੇ ਵਾਸਤੇ ਬਣਾ ਕੇ ਰੱਖੇ ਨੇ ਤੈਨੂੰ ਦੱਸ ਦਾਂਗੇ ਕਿੱਥੇ ਪਏ ਨੇ ਅਤੇ ਇੱਥੋਂ ਲੈ ਜੀ ਇਮਰਾਨ ਪੀ ਕੇ ਬਾਈ ਨੂੰ ਮੈਸੇਜ ਲਾ ਦਿੱਤਾ ਜਾਵੇ ਜਿੱਥੇ ਜਿਹੜਾ ਵੀ ਇਸ ਟਾਈਮ ਵਲੌਗ ਦੇਖਦਾ ਪਿਆ ਠੀਕ ਆ ਜੀ ਦੇਖਦੇ ਤਾਂ ਪਹੁੰਚਦਾ ਕਿ ਨਹੀਂ ਲਓ ਵੀ ਸਮਾਨ ਸਮੂਨ ਲੈ ਕੇ ਟੇਡੀ ਨੂੰ ਕੀ ਆ ਸਿੱਧੀ ਆ ਨਿਕਲੀ ਲਈ ਮੁੰਡੇ ਕਹਿੰਦੇ ਸਮਾਨ ਸਮੂਨ ਲੈ ਕੇ ਵਾਪਸ ਪਹੁੰਚ ਗਿਆ ਫਲਾਈਟਾਂ 'ਚ ਅਤੇ ਰਾਣੀ ਇੱਕ ਆਪਣੀ ਆ ਗਈ ਚਮਕਦੀ ਖੜੀ ਆ ਉਹ ਅੱਜ ਥੋੜ੍ਹੀ ਜਿਹੀ ਧੋਣ ਧੋਣ ਵਾਲੀ ਆ ਬਾਕੀ ਅੱਜ ਚੱਲੀ ਆ ਆਇਓ ਫਿਰ ਗਾਈ ਚੱਲੀਏ ਉੱਤੇ ਚਲੋ ਫਰੈਂਡਸ ਫਰੈਂਡਸ ਆ ਜਾਓ ਗੱਡੀ ਦੇ ਲੈ